₹30 की है, हमारे पास मिलेगी ₹10 की। ये बाजार में 15 की मिलेगी, हमारे पास मिलेगी ₹8। आपको ₹10 में आपको हमारे पास मिलेगी ₹7 में। आपको ₹50 मिलेगी, हमें हमारे पास मिलेगी आपको ₹30। ਆਗੇ ਆ ਰਹੀ ਹੈ ਗੁੱਡੀਆਂ ਦੀ ਸ਼ੋਪਿੰਗ ਕਰਨ ਆਈਡੀਆ 'ਚ ਮਾਰਕੀਟ ਆ ਦੁਕਾਨ ਦਿਖਾਉਂਦੇ ਕਿੱਥੇ ਸਸਤੀਆਂ ਗੁੱਡੀਆਂ ਮਿਲਦੀਆਂ ਨੇ। ਸੋ ਦੁਕਾਨ ਨੰਬਰ ਹੈਗਾ ਜੀ 30। ਸੋ ਅਸੀਂ ਆ ਗਏ ਜੀ ਲੋਹੜੀ ਦੀ ਸ਼ੋਪਿੰਗ ਕਰਨ। ਗੁੱਡੀਆਂ 13 ਤਰੀਕ ਨੂੰ ਲੋਹੜੀ ਆ, ਹਫ਼ਤੇ ਬਾਅਦ ਹੋ ਰਹੀ ਹੈ ਦੁਕਾਨ ਅਤੇ 30 ਨੰਬਰ ਦੁਕਾਨ ਆ। ਹਾਂਜੀ, ਸੋ ਆਇਓ ਮਿਲਦੇ ਹਾਂ ਮਾਲਕ ਨਾਲ, ਇਹ ਦੁਕਾਨ ਦੇ ਮਾਲਕ ਨੇ। ਸਰ ਕਿਹੜੀਆਂ ਕਿਹੜੀਆਂ ਗੁੱਡੀਆਂ ਤੁਹਾਡੇ ਕੋਲ ਅਵੇਲੇਬਲ ਨੇ? ਸਰ ਪਹਿਲੇ ਤਾਂ ਹਮਾਰੀ ਦੁਕਾਨ ਦਾ ਨਾਮ ਹੈ ਸੋਰੇ ਪਵਨ ਕਾਰ ਸਟੋਰ, ਦੁਕਾਨ ਨੰਬਰ 30 ਸ਼ਹੀਦ ਭਗਤ ਸਿੰਘ ਮਾਰਕੀਟ। ਹਮਾਰੀ ਦੁਕਾਨ 35 ਸਾਲ ਪੁਰਾਣੀ ਦੁਕਾਨ ਹੈ। ਹਮਾਰੇ ਬਾਜ਼ਾਰ ਮੇਂ ਸਭਸੇ ਸਸਤੇ ਰੇਟ ਯਹਾਂ ਪਰ ਮਿਲਤੇ ਹੈ। ਹਮਾਰੇ ਪਾਸ ਪਤੰਗੋ ਕੀ 300 ਵਰਾਇਟੀ ਹੈ, ਔਰ ਮਾਂਝਾ ਬਰੇਲੀ ਕਾ ਸਭਸੇ ਮਸ਼ਹੂਰ ਹੈ, ਭਾਰਤ ਦਾ ਡੋਰ ਹੈ, ਸਭਸੇ ਬੜੀਆ ਡੋਰ ਹਮ ਬੇਚਤੇ ਹੈਂ, ਔਰ ਆਗੇ ਮੁਲਕ ਹੈ ਜੀ। ਠੀਕ ਹੈ, ਕਿਹੜੀਆਂ ਕਿਹੜੀਆਂ ਗੁੱਡੀਆਂ ਤੁਹਾਡੇ ਕੋਲ ਅਵੇਲੇਬਲ? ਇਹ ਬਾਜ਼ਾਰ ਮੇਂ ਆਪਕੋ 50 ਰੁਪਏ ਮਿਲੇਗੀ, ਹਮੇ ਹਮਾਰੇ ਪਾਸ ਮਿਲੇਗੀ ਆਪਕੋ 30 ਰੁਪਏ ਕੀ। ਹੋ ਜੀ 30 ਰੁਪਏ, ਹਾਂ ਜੀ ਹਾਂ ਜੀ, ਕੀ ਬਾਤ ਹੈ। ये बाजार में आपको ₹10 में आपको हमारे पास मिलेगी ₹7। नाम की गुड्डी का? ये जयपुर की फैंसी पतंग है। जयपुर की फैंसी पतंग, ये बच्चों की डोरेमोन वाली पतंग बाजार में आपको ₹6 की मिलेगी, हमारे पास ₹3 की मिलेगी। अच्छा, बच्चे वाली भी मिलती है? सारी आइटम, सारी आइटम, सारी आइटम। ये लो, ये हमारे अमृतसर की लोकल पनीर पतंग है। ये बाजार में 15 की मिलेगी, हमारे पास मिलेगी ₹8 की। पुतल, पुतल जिन्होंने कहना पंजाबी जी पुतल। और ये गुजरात की पतंग है, बाजार में मिलेगी आपको ₹15 की, हमारे पास मिलेगी ₹100 दर्जन। दर्शक अखड़ अखड़ पंजाबी च अखड़, आहो अहमदाबादी अखड़। सो तुहानू दिखाउने आ दुकान दे अंदर। ये हमारे अमृतसर की लोकल पतंग तैयार हुई है, बाजार में ₹50 का पीस है, हमारे पास मिलेगा ₹30 का। पंजाब वाली 30 रुपए च, वाह वाह सस्ता काम। चलो ₹10 बाजार में आपको ₹50 का पीस मिलेगा, हम देंगे ₹20 का। सीरियसली यार कैट ऊपर तक हुण तां दिखाउने चरखड़ी अंबरसर दी, क्योंकि चाइना डोर इत्थे नहीं मिलदी, ना ही अंबरसर विच अवेलेबल आ। सो हुण तां दिखाउने सिंपल डोर, आम डोर जिहनूं कहिंदे 1200 रुपए की है, हमारे पास मिलेगी 750 रुपए की। किन्ने गोड़? 12 गोड़ की। 12 गोड़, हां जी 12 गोड़ दी चरखड़ी 1200 दी बाजार च आ, ते 700 रुपए दी इन्ना कोल अवेलेबल। ठीक, और केड़ी केड़ी अंदर बरेली हैगी तुहाडे कोल? बरेली, बरेली डोर भी हैगी इन्ना कोल। ये नो ब्लैक की डोर होती है जो सबसे पहले चलती थी, लेकिन आजकल जो गट्टू का क्रेज आया हुआ ना, तो हमारे जितने भी कारीगर हैं बेचारे भूखे मर गए हैं। हम तो कहते हैं गट्टू बंद हो, हमारा दोबारा जो कारीगर है दोबारा रोटी खाने के लायक हो जाए। कोई रिक्शा चला रहा है, कोई मिस्त्री बन गया है, वो डोर वाले सारे कारीगर बेचारे रो रहे हैं। जब तक चाइना डोर नहीं बंद होगी तो हम डोर कैसे बनाएंगे? ਬਿਲਕੁਲ ਸਹੀ ਗੱਲ ਆ, ਸਹੀ ਗੱਲ। ਕਿਉਂਕਿ ਅਸੀਂ ਵੀ ਦੇਖਦੇ ਹਾਂ ਨਾ ਸੜਕਾਂ ਦੇ, ਉਹ ਲੋਨ ਦੇ ਹੁੰਦੇ ਕੀ ਕਹਿੰਦੇ ਡੋਰ ਲੋਨ, ਪਰ ਉਹਨਾਂ ਕੋਲ ਬਾਏ ਕੋਈ ਨਹੀਂ ਕਰਦਾ। ਸੋ ਫਸਟ ਆਫ ਆਲ ਹਮ ਤੋਂ ਕਹਿੰਦੇ ਹਾਂ ਜਾਨੇ ਡੋਰ ਬਿਲਕੁਲ ਬੰਦ ਹੋਣੀ ਚਾਹੀਏ, ਆਹੀ ਡੋਰ ਲੋ ਫਸਟ ਪ੍ਰੈਫਰੈਂਸ, ਅਸੀਂ ਇਹਨੂੰ ਦਵਾਂਗੇ ਕਿ ਧਾਗਾ ਡੋਰ ਲੋ। ਇਸੇ ਨਾਲ ਬੱਚੇ ਕੋ ਹੱਥ ਮੇ ਕੋਈ ਇਨਫੈਕਸ਼ਨ ਕਾ ਡਰ ਹੈ ਨਾ ਕੱਟਣੇ ਕਾ ਡਰ ਹੈ? ਸਹੀ ਗੱਲ, ਓਕੇ ਭਾਈ। ਕੜਿੱਕੀ ਜ਼ਰੂਰ ਲੱਗ ਜਾਂਦੀ ਆ, ਪਰ ਵਧੀਆ ਡੋਰ ਇਹੀ ਆ। ਚਲੋ ਹੁਣ ਆਪਾਂ ਆਪਣੀ ਬਾਕੀ ਤੁਹਾਨੂੰ ਸਾਰਾ ਦੁਕਾਨ ਦਾ ਓਵਰਵਿਊ ਦਿਖਾਉਂਦੇ, ਗੁੱਡੀਆਂ ਦਿਖਾਉਂਦੇ, ਕਿਹੜੀ ਕਿਹੜੀ ਇਹਨਾਂ ਕੋਲ ਅਵੇਲੇਬਲ ਹੈਗੀਆਂ ਨੇ। ਸੋ ਅਈ ਕਿਹੜੀਆਂ ਲੈ ਲੱਗੇ ਗੁੱਡੀਆਂ ਸਵਾਲੋ ਤੁਹਾਨੂੰ? ਚਲੋ ਚਰਖੜੀਆਂ ਕਾਫੀ ਨੇ ਇਹਨਾਂ ਕੋਲ, ਦੇਖੋ ਬਹੁਤ ਜ਼ਿਆਦਾ ਉੱਤੇ ਗੁੱਡੀਆਂ ਦੇਖੋ, ਬਹੁਤ ਜ਼ਿਆਦਾ ਢੇਰੀ ਲੱਗੇ ਹੋਏ ਨੇ, ਢੇਰੀ ਲੱਗੇ ਹੋਏ। ਤਾਂ ਇਹ ਇਹਨਾਂ ਦੀ ਦੁਕਾਨ ਹੈ ਜਿੱਥੇ ਸੇਲ ਕਰਦੇ ਹਨ, ਸੋ ਇਹਨਾਂ ਦਾ ਗੋਦਾਮ ਬਹੁਤ ਵੱਡਾ, ਉਹ ਵੀ ਤੁਹਾਨੂੰ ਦਿਖਾਉਂਦੇ ਹਾਂ। ਪਹਿਲਾਂ ਅਸੀਂ ਟ੍ਰੈਂਡੀ ਕਿਹੜੀ ਕਿਹੜੀ ਲੈਣੀਆਂ, ਹਰਮਨ ਕਿਹੜੀ ਗੁੱਡੀਆਂ ਲੈਣੀਆਂ? ਕਰੋ ਚੂਜ਼ ਪਹਿਲਾਂ ਤਾਂ ਯਾਰ, ਅਸੀਂ ਆਪਣੀਆਂ ਗੁੱਡੀਆਂ ਚੂਜ਼ ਕਰੀਏ ਕਿਹੜੀ ਕਿਹੜੀ। ਉਹ ਤੇਰੀ ਪਰਸਨਲ ਫੇਵਰਿਟ, ਉਹ ਮੱਛੀ ਪਈ ਉਹ ਪਰਸਨਲ ਤੇ ਵਾੜੋ ਜਿਹੜੀ ਫੇਵਰਿਟ ਤੇਰੀ, ਪਰਸਨਲ ਫੇਵਰਿਟ ਆ ਨਾ, ਤੇ ਮੇਰੀ ਪਰਸਨਲ ਫੇਵਰਿਟ ਉੱਤਾ ਪੁੱਤਲ ਮੱਛੀ ਆ। ਠੀਕ ਆ ਨਾ, ਚਲੋ ਆ ਚੱਕੋ ਫੜੋ। ਸੋਹਣ ਤੁਹਾਨੂੰ ਲੈ ਕੇ ਜਾਂਦੇ ਆ ਇੱਕਦਮ ਗੋਡਾਊਨ 'ਚ, ਉਹ ਦੁਕਾਨ ਹੀ ਗੁੱਡੀਆਂ ਨਹੀਂ ਪਰ ਗੋਡਾਊਨ 'ਚ ਆ ਜਾਓ। goodness chak lo chak lo
ਸੋ ਇਹ ਤੇ ਪੂਰਾ ਸਵਰਗ ਹੈਗਾ ਸਾਡੇ ਵਾਸਤੇ ਛੁੱਟੀਆਂ ਦਾ, ਇੱਥੇ ਛਾਲਾ ਮਾਰਨ ਵਾਲੀ ਗੱਲ ਆ, ਸਹੀ ਗੱਲ ਹੀ ਉਹ ਐਂਡ ਫਾਈਨਲੀ ਸ਼ੋਪਿੰਗ ਹੋ ਗਈ ਆ ਜੀ ਕਲੀਅਰ, ਸਾਰੀਆਂ ਗੁੱਡੀਆਂ ਚੂਜ਼ ਕਰ ਲਈਆਂ, ਸੋ ਉੱਥੇ ਪਿੱਛੇ ਬਿਲਿੰਗ ਹੋਣ ਦੀ ਆ ਸਾਰੀ ਗੁੱਡੀਆਂ, ਸੀਰੀਅਸਲੀ ਸਸਤੀਆਂ ਨੇ ਇੱਥੇ, ਬਹੁਤ ਜ਼ਿਆਦਾ ਸਸਤੀਆਂ ਨੇ ਹਾਫ ਰੇਟ 'ਤੇ, ਮਤਲਬ ਕਿ ਜੇ ਆਉਣਾ ਚਾਹੁੰਦੇ ਦੁਕਾਨ 'ਤੇ ਆਓ ਸ਼ੋਪਿੰਗ ਕਰੋ ਅਤੇ ਅੱਧੇ ਰੇਟ 'ਤੇ ਗੁੱਡੀਆਂ ਪਾਓ। ਚੱਲੀਏ ਫਿਰ ਹੁਣ ਘਰ ਨੂੰ, ਅਤੇ ਲੋਹੜੀ ਵਾਲੇ ਦਿਨ ਮਿਲਾਂਗੇ ਸਾਰੇ ਜਣੇ ਨਵੇਂ ਵਲੋਗ 'ਚ, ਸੋ ਲੋਹੜੀ ਵਾਲਾ ਦਿਨ ਆ ਗਿਆ ਹੈ ਨਾ, ਢੇਰ ਲਾ ਦਿੱਤੀਆਂ ਗੁੱਡੀਆਂ ਦਾ ਉਹ ਦੇਖੋ ਬਸ, ਅਤੇ ਹੁਣ ਤੁਹਾਨੂੰ ਸਭ ਕੁਛ ਇਹ ਦਿਖਾਵਾਂਗੇ ਜੀ ਅਗਲੇ ਵਲੋਗ 'ਚ, ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਕਿਹੜੀਆਂ ਗੁੱਡੀਆਂ ਲੈਂਦੇ ਕਿੱਥੇ ਕਿੰਨੇ ਡਾਈਆਂ ਹੈ ਨਾ, ਲੋਹੜੀ ਵਾਲੇ ਦਿਨ ਦਾ ਵਲੋਗ, ਸੋ ਜੇ ਦੇਖਣਾ ਚਾਹੁੰਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਬਾਏ, ਟੇਕ ਕੇਅਰ, ਮਿਲਦੇ ਹਾਂ ਅਗਲੇ ਵਲੋਗ 'ਚ, ਬਾਏ।